ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਲੀਡਰ ਸਾਹਿਬ ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਦੇ ਹਾਂ ਸਾਡੀ ਪਹਿਲੀ ਈਮੇਲ ਆਈ ਹੈ ਸੁਖਮਨ ਕੌਰ ਜੀ ਦੀ ਪੰਜਾਬ ਤੋਂ ਇਹ ਲਿਖਦੇ ਹਨ ਮੈਂ ਪੰਜਾਬ 'ਚ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੁੰਦੀ ਹਾਂ ਕਿ SGPC ਦੀ ਗੋਲਕ ਨੂੰ ਪੈਸੇ ਦੇਣਾ ਬੰਦ ਕਰੋ ਬਲਕਿ ਕਿਸੇ ਗਰੀਬ ਬੱਚੇ ਨੂੰ ਚੁਣ ਕੇ ਉਸ ਦੀ ਪੜ੍ਹਾਈ 'ਤੇ ਇਹ ਪੈਸੇ ਲਾਏ ਜਾਣ ਕਿੰਨੇ ਅਨਾਥ ਬੱਚੇ ਹਨ ਜਿਨ੍ਹਾਂ ਦੇ ਮਾਂ ਬਾਪ ਨਸ਼ੇ ਜਾਂ ਖੁਦਕੁਸ਼ੀ ਦਾ ਸ਼ਿਕਾਰ ਹੋਏ ਹਨ ਜ਼ਰਾ ਨਜ਼ਰ ਮਾਰੋ ਤੁਹਾਨੂੰ ਬਹੁਤ ਬੱਚੇ ਇਵੇਂ ਦੇ ਹਾਲਾਤਾਂ ਵਿੱਚ ਮਿਲਣਗੇ ਉਹਨਾਂ ਨੂੰ ਸਿੱਧੇ ਪੈਸੇ ਨਾ ਦਿਓ ਬਲਕਿ ਚੰਗੇ ਸਕੂਲਾਂ 'ਚ ਉਹਨਾਂ ਦੀ ਫੀਸ ਭਰ ਦਿਓ ਅਤੇ ਉਸ ਦੀ ਰਸੀਦ ਲਓ ਤੁਸੀਂ ਪਿੰਗਲਵਾੜਾ ਜਾਂ ਪ੍ਰਭ ਆਸਰਾ ਨੂੰ ਡਾਕਟਰੀ ਸਹਾਇਤਾ ਦਾ ਸਮਾਨ ਵੀ ਉਪਲਬਧ ਕਰਵਾ ਸਕਦੇ ਹੋ ਮੈਨੂੰ ਪੰਡਨ ਤੋਂ ਪਹਿਲਾਂ ਇਹ ਧਿਆਨ ਜ਼ਰੂਰ ਕਰ ਲੈਣਾ ਕਿ SGPC ਨੂੰ ਦਿੱਤੇ ਕਰੋੜਾਂ ਰੁਪਏ ਕਸ਼ਮੀਰ 'ਚ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਲੋਕਾਂ ਦੀ ਭਲਾਈ ਲਈ ਲੱਗਣ ਦੀ ਥਾਂ ਅਕਾਲੀਆਂ ਦੀਆਂ ਜੇਬਾਂ 'ਚ ਜਾਂਦੇ ਹਨ ਜਦਕਿ ਗ੍ਰੰਥੀਆਂ ਅਤੇ ਸੇਵਾਦਾਰਾਂ ਨੂੰ ਵੀ ਯੋਗ ਤਨਖਾਹ ਨਹੀਂ ਮਿਲਦੀ ਹਿਮਾਚਲ ਚੈਲ ਗੁਰਦੁਆਰਾ ਸਾਹਿਬ ਦੀ ਹਾਲਤ ਦੇਖੋ ਅਸੀਂ ਆਪਣੀ ਤਬਾਹੀ ਲਈ ਹੀ ਪੈਸੇ ਦੇ ਰਹੇ ਹਾਂ ਸਾਡਾ ਪੈਸਾ ਸਾਡੇ ਹੀ ਖਿਲਾਫ਼ ਨਸ਼ਿਆਂ ਅਤੇ ਵੋਟਾਂ ਦੀ ਸੂਰਤ ਵਰਤਿਆ ਜਾਂਦਾ ਹੈ ਜੇ ਇਹ ਲੋਕ ਗੁਰੂ ਘਰਾਂ ਦੀਆਂ ਜਾਇਦਾਦਾਂ ਨਾਂ ਦੀ ਛੱਡਣ ਤਾਂ ਵੀ ਇਸ ਕਦਮ ਨਾਲ ਇਹਨਾਂ ਨੂੰ ਬੜਾ ਨੁਕਸਾਨ ਹੋਵੇਗਾ ਦੂਜੀ ਗੱਲ ਪ੍ਰਕਾਸ਼ ਪੁਰਬ ਜਾਂ ਸ਼ਹੀਦੀ ਦਿਵਸ ਮਨਾਉਣ ਦਾ ਕੀ ਮਤਲਬ ਹੈ ਸ਼ਹੀਦਾਂ ਨੂੰ ਯਾਦ ਕਰਨਾ ਜਾਂ ਸਿਆਸੀ ਰੈਲੀਆਂ ਕਰਨੀਆਂ ਸਾਬਕਾ ਸਿੱਖ ਪਾਰਟੀ ਹੁਣ ਪੰਜਾਬੀ ਪਾਰਟੀ ਨੇ ਸਾਡੇ ਸਾਰੇ ਧਾਰਮਿਕ ਸਮਾਰੋਹਾਂ 'ਤੇ ਕਬਜ਼ਾ ਕਰ ਲਿਆ ਹੈ ਪੰਜਾਬ ਜਿੱਥੇ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਦੇ ਬਛਿੰਦਿਆਂ ਨੂੰ ਇਹ ਚੀਜ਼ਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਹਨ ਪਹਿਲਾ ਆਤਮ ਰੱਖਿਆ ਦੂਸਰਾ ਸੁਰੱਖਿਆ ਲਈ CCTV ਕੈਮਰੇ ਲਾਓ ਇੱਦਾਂ ਦੇ ਬੜੇ ਕੇਸ ਹੁੰਦੇ ਹਨ ਜਦੋਂ ਪੁਲਿਸ ਵੱਲੋਂ ਗਲਤ ਬੰਦਾ ਚੁੱਕ ਲਿਆ ਜਾਂਦਾ ਹੈ ਅਤੇ ਉਸ ਨੂੰ ਕੋਰਟ 'ਚ ਕੁਝ ਹੋਰ ਹੀ ਬਣਾ ਦਿੱਤਾ ਜਾਂਦਾ ਹੈ CCTV ਕੈਮਰਿਆਂ ਨੇ ਕਈ ਬੰਦਿਆਂ ਨੂੰ ਬਚਾਇਆ ਹੈ ਜਦੋਂ ਉਹਨਾਂ ਨੂੰ ਧੱਕੇ ਨਾਲ ਘਰੋਂ ਚੁੱਕਿਆ ਗਿਆ ਇੱਕ ਹੋਰ ਕੇਸ 'ਚ ਇੱਕ ਪੁਲਿਸ ਵਾਲਾ ਵੀ ਬਚਿਆ ਜਦੋਂ ਉਸ ਨੂੰ CBI ਵੱਲੋਂ ਰਿਸ਼ਵਤਖੋਰੀ ਦੇ ਕੇਸ 'ਚ ਫੜਿਆ ਗਿਆ ਸੀ ਸਰਕਾਰ ਦੀਆਂ ਵਧੀਕੀਆਂ ਖਿਲਾਫ਼ ਲੜਨ ਵਾਲਿਆਂ ਕੋਲ ਇਵੇਂ ਦਾ ਸਮਾਨ ਹੋਣਾ ਜ਼ਰੂਰੀ ਹੈ ਹਥਿਆਰਾਂ ਦੇ ਲਾਇਸੈਂਸ ਜੋ ਸਿਰਫ 20 ਰੁਪਏ 'ਚ ਮਿਲਦਾ ਹੈ ਕਈ ਜ਼ਿਲ੍ਹਿਆਂ 'ਚ ਇਹ ਫਾਰਮ ਹਜ਼ਾਰਾਂ 'ਚ ਬਿਨਾਂ ਸਰਕਾਰ ਵੱਲੋਂ ਸਹੀ ਕੀਤਿਆਂ ਮਿਲ ਰਹੇ ਹਨ DC ਦਾ ਕਹਿਣਾ ਹੈ ਕਿ ਅਜਿਹਾ ਹਥਿਆਰਾਂ ਦੇ ਲਾਇਸੈਂਸਾਂ ਨੂੰ ਕੰਟਰੋਲ ਕਰਨ ਲਈ ਕੀਤਾ ਗਿਆ ਹੈ ਕੀ ਫਾਰਮਾਂ ਦੀ ਖਰੀਦ ਨਾਲ ਲਾਇਸੈਂਸ ਦਾ ਕੋਈ ਸੰਬੰਧ ਵੀ ਹੈ ਇਹ ਤਾਂ ਪੁਲਿਸ ਇਨਕੁਆਇਰੀ ਦਾ ਲੰਬਾ ਸਿਲਸਿਲਾ ਹੈ ਅਤੇ ਦੂਜੇ ਪਾਸੇ ਲੋਕ ਸ਼ਸਤਰ ਪੂਜਾ 'ਚ ਹਥਿਆਰਾਂ ਦੀਆਂ ਪ੍ਰਦਰਸ਼ਨੀਆਂ ਕਰਦੇ ਹਨ ਧੰਨਵਾਦ ਜੀ ਡਾਕਟਰ ਸਾਹਿਬ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਪੰਜਾਬ 'ਚੋਂ ਲਿਖੇ ਜੀ ਔਰ ਉਹਨਾਂ ਨੇ ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਥਾਟ ਪ੍ਰੋਵੋਕਿੰਗ ਜੀ ਪ੍ਰੋਵੋਕ ਵੈਸੇ ਉਕਸਾਉਣਾ ਹੁੰਦਾ ਭੜਕਾਉਣਾ ਹੁੰਦਾ ਪਰ ਇੱਕ ਹੁੰਦਾ ਵਿਚਾਰਾਂ ਨੂੰ ਉਕਸਾਉਣਾ ਕਿ ਜਦੋਂ ਕੋਈ ਚੀਜ਼ ਸਟੈਗਨੈਂਟ ਹੁੰਦੀ ਹੈ ਜਿਵੇਂ ਪਾਣੀ ਹੈ ਪਾਣੀ ਜਿਹੜਾ ਇੱਕ ਥਾਂ 'ਤੇ ਠਹਿਰਿਆ ਹੋਇਆ ਜਦੋਂ ਤੁਸੀਂ ਉਹਦੇ 'ਚ ਇੱਕ ਢੀਮ ਮਾਰਦੇ ਹੋ ਤਾਂ ਉਹਦੇ 'ਚ ਹਲਚਲ ਹੁੰਦੀ ਹੈ ਰਿਪਲਸ ਹੁੰਦੇ ਨੇ ਜੀ ਸੋ ਬੇਸ਼ੱਕ ਪੱਥਰ ਫਿਰ ਜਾ ਕੇ ਥੱਲੇ ਬੈਠ ਜਾਂਦਾ ਥੋੜ੍ਹੀ ਦੇਰ ਬਾਅਦ ਉਹ ਰਿਪਲਸ ਸ਼ਾਂਤ ਹੋ ਜਾਂਦੇ ਨੇ ਪਰ ਮਕਸਦ ਇਹ ਹੁੰਦਾ ਕਿ ਥਾਟ ਨੂੰ ਵਿਚਾਰ ਦੇ ਵਿੱਚ ਇੱਕ ਵਾਰੀ ਇੱਕ ਰਿਪਲਸ ਖੜ੍ਹੇ ਹੋਣ ਵੀ ਸੋਚੋ ਕਿ ਗੱਲ ਕੀ ਹੈ ਔਰ ਜਿਹੜੀ ਭੈਣ ਜੀ ਦੀ ਸਪਿਰਿਟ ਹੈ ਲਿਖਣ ਦੀ ਇਹ ਕਹਿਣ ਦੀ ਉਹ ਬੜੀ ਨੋਬਲ ਹੈ ਬੜੀ ਪਵਿੱਤਰ ਹੈ ਔਰ ਬੜੀ ਮੈਂ ਸਮਝਦਾ ਵੀ ਦਰੁਸਤ ਜਿਹੜੀ ਹੈ ਨੁਕਤੇ ਤੋਂ ਉਹਨਾਂ ਨੇ ਇਹ ਸਾਰੇ ਹੀ ਨੁਕਤੇ ਜਿਹੜੇ ਸਾਹਮਣੇ ਲਿਆਉਂਦੇ ਨੇ ਜੀ ਉਹਨਾਂ ਨੇ SGPC ਸ਼੍ਰੋਮਣੀ ਕਮੇਟੀ ਦੀ ਫੇਲਿਓਰ ਔਰ ਖਾਸ ਤੌਰ 'ਤੇ ਗੋਲਕ ਦਾ ਮਿਸਯੂਜ਼ ਅੱਜ ਸੈਂਕੜਿਆਂ ਕਰੋੜ 700-800 ਕਰੋੜ ਦਾ ਉਹਨਾਂ ਦਾ ਬਜਟ ਹੈ ਕਿਸ ਤਰੀਕੇ ਨਾਲ ਇਸ ਦੀ ਕੁਵਰਤੋਂ ਹੁੰਦੀ ਹੈ ਕਿਵੇਂ ਜਦੋਂ ਦਾ ਬਾਦਲ ਲਾਣਾ ਜਿਹੜਾ ਉਹਨੇ ਕੰਟਰੋਲ ਕੀਤਾ ਸਾਰੇ ਹੀ ਅਦਾਰਿਆਂ ਨੂੰ ਇਹ ਜਸਟ ਇੱਕ ਫੈਮਿਲੀ ਦੀ ਪ੍ਰਮੋਸ਼ਨ ਦੇ ਉੱਤੇ ਲੱਗਿਆ ਇਹੀ ਕਾਰਨ ਹੈ ਕਿ ਈਵਨ ਅਕਾਲ ਤਖ਼ਤ ਸਾਹਿਬ ਵਰਗੀ ਸਾਡੀ ਜਿਹੜੀ ਬੜੀ ਰੈਵੀਅਰਡ ਇੰਸਟੀਟਿਊਸ਼ਨ ਸੰਸਥਾ ਸੀ ਉਹ ਵੀ ਇੱਕ ਪਾਰਟੀਸਨ ਜਾਂ ਪੱਖਪਾਤੀ ਜਾਂ ਬਾਦਲ ਪੱਖੀ ਬਣ ਕੇ ਐਂਡ ਹੋਈ ਹੈ ਜੀ ਇੰਨਾ ਕੁਛ ਵਾਪਰਦਾ ਉਸ ਦਾ ਕੋਈ ਨੋਟਿਸ ਨਹੀਂ ਲਿਆ ਜਾਂਦਾ ਪਰ ਜਿਸ ਤਰੀਕੇ ਨਾਲ ਜਦੋਂ ਕੋਈ ਵੀ ਚੀਜ਼ ਬਾਦਲ ਨੂੰ ਜਾਂ ਉਹਦੇ ਟੱਬਰ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਫਿਰ ਜਥੇਦਾਰ ਅਕਾਲ ਤਖ਼ਤ ਵੀ ਜਾ ਕੇ ਉਹਨਾਂ ਦੀ ਅਰਦਲ 'ਚ ਖਲੋਤੇ ਹੁੰਦੇ ਨੇ ਲੇਕਿਨ ਉਹਨਾਂ ਨੇ ਇਸ ਦਾ ਜਿਹੜਾ ਪਾਰਟ ਇਹ ਕਿਹਾ ਕਿ ਭਾਈ ਇਹਨਾਂ ਨੂੰ ਗੋਲਕਾਂ 'ਚ ਪਾਉਣਾ ਜਿਹੜਾ ਪੈਸਾ ਹੈ ਇਹ ਤਾਂ ਮਿਸਯੂਜ਼ ਹੈ ਕਿਉਂਕਿ ਅਲਟੀਮੇਟਲੀ ਇਹਨਾਂ ਨੇ ਇਸਤੇਮਾਲ ਕਰਨੇ ਜੀ ਉਸ ਦੇ ਨਾਲ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਵੀ ਜੇ ਤੁਸੀਂ ਸੱਚਮੁੱਚ ਹੀ ਮਦਦ ਕਰਨਾ ਚਾਹੁੰਦੇ ਹੋ ਤਾਂ ਫਿਰ ਕੋਈ ਗਰੀਬ ਬੱਚੇ ਜਿਹੜੇ ਹੁਣ ਨਸ਼ਿਆਂ ਦੇ ਨਾਲ ਮਾਰੇ ਜਾਂਦੇ ਨੇ ਉਹਨਾਂ ਦੇ ਪ੍ਰੋਮਿਸਿੰਗ ਬੱਚੇ ਪੜ੍ਹਨਾ ਚਾਹੁੰਦੇ ਨੇ ਕੋਈ ਖੁਦਕੁਸ਼ੀਆਂ ਕਰਕੇ ਮਰ ਗਿਆ ਜਾਂ ਹੁਣੇ ਅਸੀਂ ਗੱਲ ਕਰਕੇ ਹਟੇ ਹਾਂ ਜੁਝਾਰੂ ਸਿੰਘ ਸਿੰਘਣੀਆਂ ਜਿਹੜੇ ਸ਼ਹੀਦ ਹੋਏ
ਉਹ ਜਾਂ ਉਹਨਾਂ ਦੇ ਪੇਰੈਂਟਸ ਔਰ ਮੈਂ ਸਹਿਮਤ ਹਾਂ ਕਿ ਵੀ ਇਹ ਮੰਦੇ ਭਾਗਾਂ ਦੀ ਗੱਲ ਹੈ ਵੀ ਸਾਡਾ ਕਿਸੇ 'ਤੇ ਕਦੇ ਇਤਬਾਰ ਨਹੀਂ ਬਣ ਸਕਿਆ ਜੇ ਕੁਛ ਸੰਸਥਾਵਾਂ 84 ਤੋਂ ਬਾਅਦ 'ਚ ਹੋਣ ਚਾਹੀਆਂ ਵੀ ਹੋਣਗੀਆਂ ਉਹਨਾਂ 'ਤੇ ਠੀਕ ਜਾਂ ਗਲਤ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਜੀ ਖਾ ਗਏ ਪੈਸਾ ਖਾ ਗਏ ਵੱਧ ਖਾ ਗਏ ਘੱਟ ਖਾ ਗਏ ਪਹੁੰਚੇ ਨਹੀਂ ਪਹੁੰਚੇ ਕੋਠੀਆਂ ਬਣਾ ਲਈਆਂ ਨਤੀਜੇ ਦੇ ਤੌਰ 'ਤੇ ਕਿਸੇ ਨੇ ਇਮਾਨਦਾਰ ਬੰਦੇ ਨੇ ਇਸ ਪਾਸੇ ਹੌਸਲਾ ਹੀ ਨਹੀਂ ਕੀਤਾ ਆਉਣ ਦਾ ਕਿ ਜੀ ਇਹ ਪੈਸਿਆਂ ਵਾਲੇ ਕੰਮ 'ਚ ਨਾ ਹੀ ਪਈਏ ਅਤੇ ਦੂਸਰੇ ਜਿਹੜੇ ਨੇ ਉਹ ਕਦੇ ਔਰ ਮੈਂ ਸਮਝਦਾ ਵੀ ਬੈਸਟ ਤਰੀਕਾ ਇਹ ਹੈ ਵੀ ਜਿਹਨਾਂ ਪਿੰਡਾਂ ਸ਼ਹਿਰਾਂ ਕਸਬਿਆਂ ਇਲਾਕਿਆਂ 'ਚੋਂ ਅਸੀਂ ਆਏ ਹਾਂ ਉਹਨਾਂ ਬਾਰੇ ਸਾਡੇ ਥੋੜ੍ਹੇ ਬਹੁਤ ਰਿਸ਼ਤੇਦਾਰ ਪਿੱਛੇ ਨੇ ਜਾਂ ਉਹਨਾਂ ਬਾਰੇ ਜਿਹੜੇ ਜਾਂਦੇ ਆਉਂਦੇ ਨੇ ਉਹਦੇ ਦੇਖ ਸਕਦੇ ਨੇ ਕਿ ਤੁਸੀਂ ਖੁਦ ਪਿੱਕ ਕਰ ਲਓ ਭਾਵੇਂ ਇੱਕ ਬੱਚਾ ਕਰ ਲਓ ਦੋ ਕਰ ਲਓ ਪੰਜ ਕਰ ਲਓ ਜਿਵੇਂ ਵੀ ਤੁਹਾਡੀ ਸਮਰੱਥ ਹੈ ਬਜਾਏ ਕਿ ਤੁਸੀਂ ਉਹਨਾਂ ਨੂੰ ਇੱਕੋ ਵਾਰੀ 2-4 ਲੱਖ ਦੇ ਦਿਓ ਕੋਠੇ ਛੱਤ ਲੈਣ ਜਾਂ ਜੇ ਪੈਸੇ ਆਏ ਨੇ ਉਹ ਜ਼ਬਰਦਸਤੀ ਜਵਾਈ ਆ ਕੇ ਖੋਹ ਕੇ ਲੈ ਜਾਣ ਜਾਂ ਕੋਈ ਹੋਰ ਕਿਸੇ ਪਾਸੇ ਮੁੜ ਕੇ ਅੱਧੇ ਅਗਲੋਂ ਜਿਹੜੇ ਨਸ਼ੇ ਹੀ ਨੇ ਉਹਨਾਂ ਨੂੰ ਮਿਲੇ ਹੋਣ ਬਿਹਤਰ ਇਹ ਹੈ ਕਿ ਵੀ ਤੁਸੀਂ ਉਹਨਾਂ ਨੂੰ ਇਹ ਕਹੋ ਕਿ ਜੀ ਅਸੀਂ ਸਕੂਲ ਤੁਹਾਨੂੰ ਆਹ ਐਡਮਿਟ ਕਰਵਾਉਂਦੇ ਹਾਂ ਫੀਸ ਅਸੀਂ ਟੇਕ ਕੇਅਰ ਕਰਾਂਗੇ ਪ੍ਰਿੰਸੀਪਲ ਨਾਲ ਰਾਬਤਾ ਹੋਏ ਆਟੋਮੈਟਿਕ ਕੋਈ ਇਸ ਕਿਸਮ ਦੇ ਉੱਥੇ ਵੀ ਬੈਂਕਾਂ 'ਚ ਸੈੱਟ ਹੋ ਜਾਂਦੇ ਨੇ ਉਹ ਜਾਂਦਾ ਰਹੇ ਪਾਰਟ ਸੋ ਉਹਨਾਂ ਨੇ ਇਹ ਕਿਹਾ ਕਿ ਵੀ ਇਹੀ ਬੈਸਟ ਤਰੀਕਾ ਉਹਦੇ ਨਾਲ ਹੀ ਉਹਨਾਂ ਨੇ ਜਿਹੜਾ ਪਿੰਗਲਵਾੜਾ ਜਾਂ ਦੂਸਰੀਆਂ ਉਹ ਤਾਂ ਖੈਰ ਆਲਰੇਡੀ ਬਹੁਤ ਸਾਰੀ ਮਦਦ ਬਾਹਰੋਂ ਲੈ ਜਾਂਦੇ ਨੇ ਉਹਨਾਂ ਨੂੰ ਵੀ ਮੈਂ ਸਮਝਦਾ ਵੀ ਹੁਣ ਇੰਨੀ ਜ਼ਿਆਦਾ ਲੋੜ ਨਹੀਂ ਹੈ ਜਿਹੜੀ 1-to-1 ਪਾਰਟ ਹੈ ਪਰਿਵਾਰਾਂ ਦੀ ਸ਼ਨਾਖਤ ਕਰਕੇ ਮਦਦ ਕਰਨਾ ਇਹ ਬੜੀ ਅਹਿਮੀਅਤ ਰੱਖਦਾ ਫਿਰ ਉਹਨਾਂ ਨੇ ਚਾਲ ਜਾਂ ਚਹਿਲ ਇਹ ਸ਼ਾਇਦ ਸ਼ਿਮਲਾ ਦੇ ਵਿੱਚ ਹੈ ਜਿਹੜਾ ਕਦੇ ਮਹਾਰਾਜਾ ਪਟਿਆਲਾ ਨੇ ਆਪਣੀ ਐਆਸ਼ੀ ਦੇ ਲਈ ਉੱਥੇ ਪੂਰਾ ਸ਼ਿਮਲੇ ਦੇ ਬਰਾਬਰ ਜਿਹਾ ਹੀ ਸ਼ਹਿਰ ਵਸਾਇਆ ਸੀ ਮੈਂ ਇਹ ਖਬਰ ਨਹੀਂ ਦੇਖੀ ਹੈ ਕਿ ਵੀ ਉੱਥੇ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਕੀ ਹੈ ਪਰ ਇਹਨਾਂ ਨੇ ਲਿਖਿਆ ਭੈਣ ਜੀ ਸੁਖਮਨ ਕੌਰ ਨੇ ਸੋ ਜ਼ਾਹਰ ਹੈ ਕਿ ਖਸਤਾ ਹਾਲਤ ਹੋਏਗੀ ਸੋ ਸ਼੍ਰੋਮਣੀ ਕਮੇਟੀ ਤਾਂ ਉੱਥੇ ਜਾ ਕੇ ਉਹਨਾਂ ਗੁਰਦੁਆਰਿਆਂ 'ਤੇ ਕਬਜ਼ਾ ਕਰਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਵੀ ਆਮਦਨ ਹੈ ਇਹ ਕਿਤੇ ਹੋਰ ਤਾਂ ਨਹੀਂ ਜਾਣਾ ਚਾਹੁੰਦੇ ਸੋ ਦੂਸਰਾ ਪਾਰਟ ਉਹਨਾਂ ਨੇ ਜਿਹੜਾ ਇਹਦਾ ਪ੍ਰਕਾਸ਼ ਪੁਰਬ ਜਾਂ ਸ਼ਹੀਦੀ ਦਿਨ ਅਸੀਂ ਜਿਹੜੇ ਮਨਾਉਣ ਉੱਥੇ ਹੈ ਉਹ ਸਾਰੇ ਹੀ ਪੋਲੀਟੀਕਲ ਹੋ ਚੁੱਕੇ ਨੇ ਦੇਖੋ ਇੱਥੇ ਮੈਂ ਥੋੜ੍ਹਾ ਜਿਹਾ ਆਪਣੀ ਰਿਜ਼ਰਵੇਸ਼ਨ ਜ਼ਰੂਰ ਦਿਆਂਗਾ ਕਿ ਇਹ ਇੱਕ ਪਾਰਟ ਹੈ ਸਾਡੀ ਆਸਥਾ ਦਾ ਵਿਸ਼ਵਾਸ ਦਾ ਔਰ ਸਾਡੀ ਕੰਟੀਨਿਊਟੀ ਪਾਸਟ ਦੇ ਨਾਲ ਵੀ ਉਹਨੂੰ ਜਿਹੜਾ ਅਸੀਂ ਜੇ ਰੋਕਣਾ ਵੀ ਚਾਹੀਏ ਤਾਂ ਫਿਰ ਵੀ ਇਹ ਕੋਈ ਗੱਲਬਾਤ ਹੀ ਠੀਕ ਨਹੀਂ ਹੋਏਗੀ ਇਹ ਹੈ ਵੀ ਉਹਨਾਂ ਨੂੰ ਤੁਸੀਂ ਡਾਈਵਰਟ ਕਰ ਸਕਦੇ ਹੋ ਖਾਸ ਤੌਰ 'ਤੇ ਬਾਹਰਲੇ ਮੁਲਕਾਂ ਚਲੋ ਉੱਥੇ ਤਾਂ ਸ਼੍ਰੋਮਣੀ ਕਮੇਟੀ ਕੀ ਕਰਦੀ ਹੈ ਕੀ ਨਹੀਂ ਕਰਦੀ ਉਹਨਾਂ ਨੇ ਤਾਂ ਇੱਕ ਆਪਣਾ ਏਜੰਡਾ ਹੈ ਉਹਨਾਂ ਦਾ ਏਜੰਡਾ ਪੈਸੇ ਇਕੱਠੇ ਕਰਨਾ ਕਿਤੇ ਉਹ ਆਉਣ ਔਰ ਉਹਦਾ ਮਿਸਯੂਜ਼ ਹੈ ਉਹ ਗੱਲ ਸਮਝ ਆ ਗਈ ਲੇਕਿਨ ਇਸ ਤੋਂ ਇਹ ਪ੍ਰਭਾਵ ਨਾ ਲਿਆ ਜਾਏ ਕਿ ਅਸੀਂ ਇਹ ਜਿਹੜੇ ਦਿਨ ਨੇ ਉਹਨਾਂ ਪ੍ਰਤੀ ਵੀ ਕੋਈ ਇਲ ਫੀਲਿੰਗ ਰੱਖੀਏ ਜਾਂ ਰੱਖਦੇ ਹਾਂ ਇੱਥੇ ਅਸੀਂ ਉਹਨੂੰ ਜ਼ਰੂਰ ਡਾਈਵਰਟ ਕਰ ਸਕਦੇ ਹਾਂ ਗੁਰਦੁਆਰਾ ਕਮੇਟੀਆਂ 'ਚ ਜਾਂ ਜਿੱਥੇ ਸਾਡਾ ਥੋੜ੍ਹਾ ਬਹੁਤ ਅਸਰ ਰਸੂਖ ਹੈ ਉੱਥੇ ਅਸੀਂ ਵੀ ਇਹ ਜਿਹੜਾ ਗੱਲ ਕਰਵਾ ਸਕਦੇ ਹਾਂ ਕਿ ਭਾਈ ਕੁਛ ਨਾ ਕੁਛ ਮਦਦ ਜਿਹੜੇ ਲੋੜਵੰਦ ਬੱਚੇ ਨੇ ਬੱਚੀਆਂ ਨੇ ਉਹਨਾਂ ਦੀ ਐਜੂਕੇਸ਼ਨ ਔਰ ਜਾਂ ਬਜ਼ੁਰਗਾਂ ਦੀ ਸਾਂਭ ਸੰਭਾਲ ਉਹਦੇ ਵੱਲ ਜਿਹੜਾ ਉਹ ਕੰਟਰੀਬਿਊਟ ਕੀਤਾ ਜਾਏ ਜੀ ਇਹਨਾਂ ਨੇ ਦੋ ਸੁਝਾਅ ਜਿਹੜੇ ਬੜੇ ਪ੍ਰੈਕਟੀਕਲ ਦਿੱਤੇ ਨੇ ਉੱਥੇ ਆਪਣੇ ਆਪ ਨੂੰ ਭਵਿੱਖ ਦੇ ਲਈ ਤਿਆਰੀ ਦੇ ਇੱਕ ਤਾਂ ਆਤਮ ਰੱਖਿਆ ਸੈਲਫ ਡਿਫੈਂਸ ਦੇ ਵਿੱਚ ਬਹੁਤ ਕੁਛ ਆ ਜਾਂਦਾ ਉਸ ਨੂੰ ਮੈਂ ਬਹੁਤਾ ਵੇਰਵਾ ਨਹੀਂ ਦਿਆਂਗਾ ਕਿਉਂਕਿ ਉਹ ਵਕਤ ਆਉਂਦਾ ਜਾ ਰਿਹਾ ਜਿਸ ਕਿਸਮ ਦਾ ਹੁਣ BJP ਨੇ ਵੀ ਇੰਪੈਕਟ ਪੰਜਾਬ ਦੇ ਵਿੱਚ ਕਰਨਾ ਜਿਵੇਂ ਸ਼ਸਤਰਾਂ ਨਾਲ ਲੈਸ ਬਜਰੰਗ ਦਲ RSS ਦੇ ਜਿੰਨੇ ਵਲੰਟੀਅਰ ਨੇ ਇਹਨਾਂ ਨੇ ਸ਼ਹਿਰਾਂ ਦੇ ਵਿੱਚ ਮਾਰਚ ਕੱਢੇ ਨੇ ਐਡਮਿਨਿਸਟ੍ਰੇਸ਼ਨ ਉਹਨਾਂ ਦਾ ਹੋਏਗਾ ਪੁਲਿਸ ਉਹਨਾਂ ਦੀ ਹੈ ਸੈਂਟਰ 'ਚ ਹਕੂਮਤ ਉਹਨਾਂ ਦੀ ਹੈ ਪੰਜਾਬ ਵਾਲੇ ਵੀ ਜੇ ਉਹਨਾਂ ਨੂੰ ਨਹੀਂ ਰੋਕ ਸਕੇ ਗੈਰ ਕਾਨੂੰਨੀ ਕਾਰਵਾਈ ਤੋਂ ਜਿਹੜੇ ਫਾਇਰ ਆਰਮਸ ਡਿਸਪਲੇ ਕਰ ਰਹੇ ਨੇ ਅਤੇ ਇਹ ਸਾਨੂੰ ਕਿਵੇਂ ਡਿਫੈਂਡ ਕਰਨਗੇ ਨਵੰਬਰ 84 'ਚ ਸਾਡੇ ਨਾਲ ਕੀ ਹੋਇਆ ਔਰ ਅਸੀਂ ਨਹੀਂ ਆਪਣੇ ਆਪ ਨੂੰ ਡਿਫੈਂਡ ਕਰ ਸਕੇ ਗੱਲ ਪਿੰਡਾਂ ਵਾਲੇ ਕਹਿੰਦੇ ਹੁੰਦੇ ਸੀ ਕਿ ਵੀ ਤੁਸੀਂ ਵੱਡੇ ਵੱਡੇ ਫਰਿੱਜ ਵੱਡੇ ਵੱਡੇ ਟੈਲੀਵਿਜ਼ਨ ਯੇ ਵੋ ਖਰੀਦ ਰਹੇ ਹੋ ਜਦੋਂ ਆਏ ਤੁਹਾਨੂੰ ਮਾਰਨ ਦੇ ਲਈ ਤਾਂ ਉਹਨਾਂ ਦੇ ਅੱਗੇ ਟੈਲੀਵਿਜ਼ਨ ਕਰੋਗੇ ਕਿ ਭਾਈ ਹਥਿਆਰ ਰੱਖੋ ਆਪਣੇ ਆਪ ਨੂੰ ਮਹਿਫੂਜ਼ ਕਰੋ ਔਰ ਦੂਸਰੀ ਗੱਲ ਜਿਹੜੀ ਉਹਨਾਂ ਨੇ CCTV ਕੈਮਰਿਆਂ ਦੇ ਹਵਾਲੇ ਨਾਲ ਕਹੀ ਕਿ ਵੀ ਕੋਈ ਨਾ ਕੋਈ ਸਬੂਤ ਜਿਹੜਾ ਉਹ ਜ਼ਰੂਰ ਰਹਿਣਾ ਚਾਹੀਦਾ ਔਰ ਉਹਨਾਂ ਨੇ ਉਦਾਹਰਨਾਂ ਵੀ ਦਿੱਤੀਆਂ ਵੀ ਕਿਵੇਂ ਇਹਨਾਂ ਕੈਮਰਿਆਂ ਨੇ ਕਈਆਂ ਨੂੰ ਬਚਾਇਆ ਔਰ ਇੱਕ ਪੁਲਿਸ ਵਾਲਾ ਵੀ ਉਹਦੇ ਤੋਂ ਬਚਿਆ ਜਿਹੜੀ ਉਹਨਾਂ ਨੇ ਹਥਿਆਰਾਂ ਦੇ ਲਾਇਸੈਂਸ ਅਤੇ ਫੋਰਮ ਦੀ ਗੱਲ ਕੀਤੀ ਹੈ ਮੈਨੂੰ ਮੇਰੇ ਨੋਟਿਸ 'ਚ ਨਹੀਂ ਹੈ ਜਾਂ ਮੈਨੂੰ ਇਹ ਸਮਝ ਨਹੀਂ ਆਈ ਕਿ ਵੀ ਜਿਹੜਾ 20 ਰੁਪਏ ਦਾ ਫੋਰਮ ਮਿਲਦਾ ਉਹ 1000 ਰੁਪਏ 'ਚ ਮਿਲ ਰਹੇ ਨੇ ਔਰ ਹੈ ਅਣਸਹੀ ਕਿ ਅਪਰੂਵਡ ਨਹੀਂ ਨੇ ਔਰ ਪੁਲਿਸ ਵਾਲਿਆਂ ਦੇ ਚੀਫ ਦੇ ਜੋ ਵੀ ਉਹਨਾਂ ਦਾ ਕਮੈਂਟ ਹੈ ਇਹ ਵੀ ਵਿਦਾਊਟ ਮਤਲਬ ਇਸ ਨੂੰ ਮੈਂ ਨਹੀਂ ਰਿਲੇਟ ਨਹੀਂ ਕਰ ਸਕਿਆ
ਪਰ ਜ਼ਾਹਰ ਹੈ ਕਿ ਗੱਲ ਕਰਪਸ਼ਨ ਦੀ ਹੋਏਗੀ ਕਿ ਬਈ ਹਥਿਆਰ ਜਿਹੜਾ ਕਿ ਸੌਖਾ 20 ਰੁਪਏ ਦੇ ਨਾਲ ਤੁਹਾਡੇ ਕੋਲ ਅਥਾਰਟੀ ਹੁੰਦੀ ਹੈ, ਡਿਸਟ੍ਰਿਕਟ ਐਸਪੀ ਕੋਲ ਹੁੰਦੀ ਸੀ ਕਿਸੇ ਵੇਲੇ, ਐਸਐਸਪੀ ਕੋਲ, ਕਿ ਬਈ ਉਸ 'ਚ ਹੀ ਉਹ ਇੰਨਾ ਕੁ ਉਹਨਾਂ ਨੇ ਉਹਦੀ ਕੀਮਤ ਚੜ੍ਹਾਈ ਹੋਈ ਹੈ ਕਰਪਟ ਤਰੀਕਿਆਂ ਦੇ ਨਾਲ ਕਿ ਵੀ ਤੁਸੀਂ ਹਥਿਆਰ ਰੱਖ ਹੀ ਨਹੀਂ ਸਕਦੇ, ਹਥਿਆਰ ਖਰੀਦ ਹੀ ਨਹੀਂ ਸਕਦੇ। ਔਰ ਉਹਦੇ 'ਚ ਵੀ ਫਿਰ ਸੰਤਾਂ ਦੀ ਗੱਲ ਹੀ ਮੇਰਾ ਕਹਿਣਾ ਬਣਦਾ ਵੀ ਉਹ ਇਹ ਕਹਿੰਦੇ ਸੀ ਕਿ ਔਰੰਗਜ਼ੇਬ ਤੋਂ ਦਸਵੇਂ ਪਾਤਸ਼ਾਹ ਨੇ ਹਥਿਆਰਾਂ ਦੇ ਲਾਇਸੈਂਸ ਤਾਂ ਨਹੀਂ ਸੀ ਲਏ, ਉਹ ਕਹਿੰਦੇ ਸੀ ਜੀ ਸਾਨੂੰ ਦਿੰਦੇ ਨਹੀਂ ਲਾਇਸੈਂਸ। ਹਾਂ, ਕਿਸੇ ਨੇ ਕਿਹਾ ਜੀ ਅਸੀਂ ਅਪਲਾਈ ਕੀਤਾ, ਉਹ ਕਹਿੰਦੇ ਵੀ ਔਰੰਗਜ਼ੇਬ ਤੋਂ ਦਸਵੇਂ ਪਾਤਸ਼ਾਹ ਨੇ ਲਾਇਸੈਂਸ ਲਏ ਸੀ ਵੀ ਰੱਖੋ ਹਥਿਆਰ ਜਿੰਨੇ ਰੱਖੇ ਜਾ ਸਕਦੇ ਨੇ, ਔਰ ਜਿਵੇਂ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਚੁੱਕੋ ਹਥਿਆਰ ਜਿੰਨੇ ਚੁੱਕੇ ਜਾ ਸਕਦੇ ਨੇ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਇੱਕ ਪਾਸੇ ਇੰਨੀ ਕੁ ਫੀਸ ਜਿਹੜੀ ਇਲੀਗਲ ਬਣਾ ਦਿੱਤੀ, ਫੋਰਮ ਮਿਲਦੇ ਹੀ ਨਹੀਂ, ਹਜ਼ਾਰਾਂ 'ਚ ਮਿਲ ਰਹੇ ਨੇ ਬਲੈਕ ਦੇ ਵਿੱਚ, ਪਰ ਦੂਸਰੇ ਪਾਸੇ ਜਿਹੜੀ ਸਾਡੀ ਵਿਰੋਧੀ ਲਾਈਨ ਹੈ ਉਹ ਸ਼ਸਤਰ ਪੂਜਾ ਫਾਇਰ ਆਰਮਸ ਉਹਦਾ ਡਿਸਪਲੇ ਇਸ ਪਾਸੇ ਲੱਗੀ ਹੋਈ ਹੈ। ਸੋ ਉਹਨਾਂ ਨੇ ਭੈਣ ਜੀ ਨੇ ਬੀਜ ਰੂਪ ਦੇ ਵਿੱਚ ਜਿਹੜੀ ਇਹ ਗੱਲ ਸਾਨੂੰ ਸਮਝਾ ਦਿੱਤੀ ਕਿ ਅਲਟੀਮੇਟਲੀ ਸਾਨੂੰ ਉੱਥੇ ਬੈਠੇ ਜਿਹੜੇ ਵੀਰ ਭੈਣਾਂ ਨੇ ਉਹਨਾਂ ਨੂੰ ਆਪਣੀ ਸੁਰੱਖਿਆ ਦੇ ਲਈ, ਆਤਮ ਰੱਖਿਆ ਦੇ ਲਈ ਜਿਹੜਾ ਉਹ ਆਪਣੇ ਆਪ ਨੂੰ ਤਿਆਰ ਹੀ ਕਰਨਾ ਪਏਗਾ ਹਰ ਪੱਖ ਤੋਂ, ਜਿਹਦੇ 'ਚ ਈਵਨ ਹਥਿਆਰਬੰਦ ਹੋਣਾ ਵੀ ਇੱਕ ਹਿੱਸਾ, ਔਰ ਆਪਣੀ ਰੱਖਿਆ ਆਪ ਕਰਨ ਦੀ ਗੱਲ ਹੀ ਅਲਟੀਮੇਟਲੀ ਸਾਨੂੰ ਕਿਸੇ ਕੰਢੇ ਲਿਜਾਏਗੀ ਸਾਡੀ ਆਜ਼ਾਦੀ ਦੇ ਨਿਸ਼ਾਨੇ ਤੱਕ। ਅਦਰਵਾਈਜ਼ ਅਸੀਂ ਜਿਹੜੇ ਹੈ ਸਿਟਿੰਗ ਡਕਸ ਹੋਵਾਂਗੇ, ਬੈਠੀਆਂ ਬਤਖਾਂ ਹੋਵਾਂਗੇ ਐਡਮਿਨਿਸਟ੍ਰੇਸ਼ਨ ਦੇ ਲਈ ਵੀ, ਔਰ ਇਹ ਜਿਹੜੇ ਹੁਣ ਨਵੇਂ ਸ਼ਸਤਰ ਪੂਜਾ ਦੇ ਨਾਂ ਥੱਲੇ ਇਹ ਆਰਐਸਐਸ ਦੇ ਜਿਹੜੇ ਗੁੰਡੇ ਨੇ ਜਿਨ੍ਹਾਂ ਦੇ ਹੱਥ 'ਚ ਖੁੱਲ੍ਹੇ ਹਥਿਆਰ ਨੇ ਇਹਨਾਂ ਦੇ ਵੀ। ਸੋ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਇਸ ਨਾਲ ਬ੍ਰੇਕ, ਵੀਅਰਸ ਦੱਸਣ ਇਸ ਤਰ੍ਹਾਂ ਬਣੇ ਨਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।